ਮੇਰੀ ਇਹ ਧੀ ਨਾ ਲੱਕੀ ਡੌਲ ਹੈ ਇਹਨੂੰ ਗੌਰ ਨਾ ਵੇਖੋ ਡੌਲ ਨਹੀਂ ਡੌਲਫਿਨ ਹੈ ਇਹਨੂੰ ਨੱਕ ਤੇ ਰੱਖ ਕੇ ਫੁੱਟਬਾਲ ਘਮਾਉਣਾ ਸਿਖਾਓ ਇਹਦਾ ਤਾਂ ਸ਼ੋਅ ਬੜਾ ਚੱਲੇਗਾ ਦੋਸਤੋ ਮੈਂ ਹਾਂ ਤੁਹਾਡਾ ਗੁਰਮੀਤ ਨਿੱਜਰ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਸੋਲੀਟਰ ਸਿਨੇਮਾ ਵਿਖੇ ਜਿੱਥੇ ਲੱਗ ਚੁੱਕੀ ਹੈ ਕੈਰੀ ਔਨ ਜੱਟਾ 2 ਤੇ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੈਰੀ ਔਨ ਜੱਟਾ 2 ਜਿਹੜੀ ਕਿ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਔਰ ਪਿਕਚਰ ਦੀ ਜਿਹੜੀ ਸਟੋਰੀ ਲਾਈਨ ਹੈ ਉਹ ਸਟਾਰਟਿੰਗ ਤੋਂ ਲੈ ਕੇ ਆਖਿਰ ਤੱਕ ਇਸ ਤਰ੍ਹਾਂ ਦੀ ਟਿੱਡੀ ਪੀੜਾਂ ਪਾਉਣ ਵਾਲੀ ਹੈ ਕਿ ਲੋਕ ਹੱਸਦੇ ਹੱਸਦੇ ਟਾਈਮ ਪਾਸ ਕਰ ਜਾਂਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਕੈਰੀ ਔਨ ਜੱਟਾ ਨਾਲੋਂ ਵੀ ਵੱਧ ਕੈਰੀ ਔਨ ਜੱਟਾ 2 ਨੂੰ ਰਿਸਪੌਂਸ ਮਿਲ ਰਿਹਾ ਜਿਸ ਤਰ੍ਹਾਂ ਦਰਸ਼ਕਾਂ ਦੀ ਰਾਏ ਆ ਸੋ ਅਸੀਂ ਤੁਹਾਨੂੰ ਉਹਨਾਂ ਦੇ ਰੂਬਰੂ ਕਰ ਦਿੰਦੇ ਹਾਂ ਤੁਸੀਂ ਦੇਖਣਾ ਨਹੀਂ ਭੁੱਲਣਾ ਫੌਕਸ ਪੰਜਾਬੀ ਵਧੀਆ ਲੱਗੀ ਜੀ ਵਧੀਆ ਸੀ ਹਾਸੇ ਵਾਲੀ ਕਮੇਡੀ ਵੀ ਸੀ ਪੂਰੀ ਐਂਡ ਬਿਨੋ ਢਿੱਲੋਂ ਦਾ ਜੀ ਮੈਂ ਬਿਨੋ ਢਿੱਲੋਂ ਦਾ ਗਾਣੇ ਵੀ ਵਧੀਆ ਹੈਗੇ ਜੀ ਜਿੱਦਾਂ ਦੀ ਐਕਸਪੈਕਟੇਸ਼ਨ ਸੀ ਉੱਦਾਂ ਦੀ ਹੈਗੀ ਆ ਮੂਵੀ ਹਾਂਜੀ ਪਾਰਟ 2 ਜ਼ਿਆਦਾ ਵਧੀਆ ਵਾ ਪਾਰਟ 2 ਜ਼ਿਆਦਾ ਵਧੀਆ ਜੀ 4.5 5 ਹੀ ਹੈ ਜੀ ਚੱਕਰ ਚੱਲਦਾ ਮੇਰਾ ਕਿਤੇ ਕੀ ਕਿਹਾ ਦੁਬਾਰੇ ਦੱਸਣ ਨਾਲ ਚੱਕਰ ਵਾਪਸ ਥੋੜੀ ਮੁੜੇ ਆਉਣੇ ਜਦ ਮੈਂ ਇੱਕ ਵਾਰੀ ਕਿਹਾ ਚੱਕਰ ਚੱਲਦਾ ਤਾਂ ਬਸ ਚੱਲਦਾ ਇਵਨ ਮੂਵੀ ਹੈ ਜੀ ਕਾਮੇਡੀ ਮੂਵੀ ਹੈ ਸਭ ਤੋਂ ਵਧੀਆ ਰੋਲ ਕਿਹਦਾ ਲੱਗਾ ਰੋਲ ਤਾਂ ਸਭ ਦਾ ਬਰਾਬਰ ਹੀ ਹੈ ਜੀ ਸਭ ਦਾ ਬਰਾਬਰ ਹੀ ਹੈ ਹਾਂਜੀ ਗੱਲ ਕੀਤੀ ਹੋਵੇ ਪਾਰਟ 1 ਦੀ ਤੇ ਪਾਰਟ 1 ਤੋਂ ਵਧੀਆ ਕੀ ਨਹੀਂ ਪਾਰਟ 2 ਚ ਜਿਹੜਾ ਦਮ ਹੈਗਾ ਜੀ ਪਾਰਟ 2 ਚ ਜ਼ਿਆਦਾ ਦਮ ਹੈਗਾ ਭਾਈ ਅਗਰ ਰੇਟਿੰਗ ਦੀ ਗੱਲ ਕੀਤੀ ਜਾਵੇ ਤਾਂ 5 ਚੋਂ ਕਿੰਨੇ ਨੰਬਰ ਦੇ ਰਹੇ ਹੋ 5 ਚੋਂ ਨੰਬਰ 1 ਤਾਂ ਢਿੱਲੋਂ ਸਾਹਿਬ ਹੀ ਹੈ ਜੀ ਹਾਂਜੀ ਰੇਟਿੰਗ ਕਿੰਨੀ ਦੋਗੇ 5 ਚੋਂ 5 ਦੋਗੇ 4 ਦੋਗੇ 3 ਦੋਗੇ 2 ਦੋਗੇ ਕਿੰਨੇ ਨੰਬਰ ਨਹੀਂ 5 ਸਟਾਰ ਜੀ 5 ਸਟਾਰ ਬਹੁਤ ਵਧੀਆ ਮੂਵੀ ਸੀ ਸਭ ਤੋਂ ਵਧੀਆ ਰੋਲ ਕਿਹਦਾ ਲੱਗਾ ਸਭ ਤੋਂ ਵਧੀਆ ਗਿੱਪੀ ਗਰੇਵਾਲ ਦਾ ਬਹੁਤ ਵਧੀਆ ਰੋਲ ਹੈ ਤੇ ਸਭ ਤੋਂ ਵਧੀਆ ਕਮੇਡੀ ਕਿੱਥੇ ਹੁੰਦੀ ਹੈ ਫਿਲਮ ਦੇ ਵਿੱਚ ਇਹ ਐਂਡ ਵਾਲੇ ਸੀਨਾਂ ਤੱਕ ਬਹੁਤ ਜ਼ਿਆਦਾ ਕਮੇਡੀ ਆ ਜਦੋਂ ਇੰਟਰਵਲ ਹੋਇਆ ਬਹੁਤ ਵਧੀਆ ਕਮੇਡੀ ਸੀ ਬਹੁਤ ਵਧੀਆ ਮੂਵੀ ਸੀਗੀ ਤੇ ਗਿੱਪੀ ਗਰੇਵਾਲ ਦਾ ਰੋਲ ਵਧੀਆ ਸੀ ਤੇ ਆਈ ਥਿੰਕ ਪਾਰਟ 1 ਤੋਂ ਜ਼ਿਆਦਾ ਵਧੀਆ ਸੀਗੀ ਮੂਵੀ ਪਾਰਟ 1 ਤੋਂ ਜ਼ਿਆਦਾ ਵਧੀਆ ਸੀ ਮੂਵੀ ਕਾਕਾ ਜੀ ਦੀਆਂ ਹੌਬੀਜ਼ ਕੀ ਕੀ ਨੇ ਕਾਕਾ ਜੀ ਸ਼ਤਰੰਜ ਬਹੁਤ ਸੋਹਣੀ ਖੇਡਦੇ ਬਸ ਨਾਲ ਬੈਠਾ ਬੰਦਾ ਦੱਸਣ ਵਾਲਾ ਹੋਵੇ ਕਿ ਇੱਥੋਂ ਮੋਰਾ ਚੱਕ ਕੇ ਇੱਥੇ ਰੱਖ ਬਹੁਤ ਅੱਛੀ ਬਹੁਤ ਜ਼ਿਆਦਾ ਕਮੇਡੀ ਪਹਿਲੇ ਨਾਲੋਂ ਜ਼ਿਆਦਾ ਵਧੀਆ ਮੂਵੀ ਹੈ ਪਹਿਲੇ ਨਾਲੋਂ ਜ਼ਿਆਦਾ ਵਧੀਆ ਆ ਅਗਰ ਗੱਲ ਕੀਤੀ ਜਾਵੇ ਰੋਲ ਦੀ ਤਾਂ ਸਭ ਤੋਂ ਵਧੀਆ ਰੋਲ ਕੀਦਾ ਲੱਗਾ ਤੇ ਕਿਹੜਾ ਜਿਹੜਾ ਦਿਲ ਖਿੱਚਵਾ ਜਿਹੜਾ ਆ ਸੀਨ ਇਹਦੇ ਵਿੱਚ ਘੁੱਗੀ ਸਭ ਤੋਂ ਬੈਸਟ ਸਭ ਤੋਂ ਜ਼ਿਆਦਾ ਵਧੀਆ ਘੁੱਗੀ ਹੁਣ ਤੱਕ ਅਗਰ ਗੱਲ ਕੀਤੀ ਜਾਵੇ ਪੂਰੀ ਕਾਸਟ ਦੀ ਤੇ ਕਾਸਟ ਨੂੰ ਅਗਰ ਸਟਾਰ ਦੇਣੇ ਹੋਣ ਤੇ ਕਿੰਨੂੰ ਕਿੰਨੇ ਨੰਬਰ ਦੇ ਰਹੇ ਹੋ 5 ਚ ਘੁੱਗੀ 10 ਵਧੀਆ ਵਧੀਆ ਹਲੇ ਤੱਕ ਬਹੁਤ ਵਧੀਆ ਬਿਨੂ ਢਿੱਲੋਂ ਵੀ ਪਰ ਘੁੱਗੀ ਫੇਰ ਵੀ ਬੈਸਟ ਹੈ ਘੁੱਗੀ ਬਹੁਤ ਹੀ ਬੈਸਟ ਹੈ ਜੀ ਇਹਨਾਂ ਦਾ ਘੁੱਗੀ ਫੇਵਰੇਟ ਹੈ ਅਗਰ ਭਾਜੀ ਓਵਰਆਲ ਰੇਟਿੰਗ ਦੀ ਗੱਲ ਕੀਤੀ ਜਾਵੇ ਤੇ 5 ਚੋਂ ਕਿੰਨੇ ਸਟਾਰ ਦੇ ਰਹੇ ਹੋ 5 ਤੁਹਾਡੇ ਮੁਤਾਬਕ ਫਿਲਮ ਪਾਸ ਹੈ ਭਾਜੀ ਸੁਪਰ ਡੂਪਰ ਹਿੱਟ ਸੁਪਰ ਡੂਪਰ ਹਿੱਟ ਭਾਜੀ ਦੇ ਮੁਤਾਬਕ ਫਿਲਮ ਜੀ ਸੁਪਰ ਡੂਪਰ ਹਿੱਟ ਹੋ ਚੁੱਕੀ ਹੈ ਅਗਰ ਗੱਲ ਕੀਤੀ ਜਾਵੇ ਕੈਰੀ ਔਨ ਜੱਟਾ 2 ਦੀ ਤਾਂ ਬੜੀ ਇੰਟਰਸਟਿੰਗ ਸਟੋਰੀ ਹੈ ਔਰ ਬਹੁਤ ਹੀ ਸੋਹਣੇ ਤਰੀਕੇ ਨਾਲ ਫਿਲਮਾਈ ਗਈ ਹੈ ਅੱਜ ਬਿੱਲੂ ਕੱਲਾ ਨਹੀਂ ਇੱਕ ਧੀ ਦਾ ਬਾਪ ਵੀ ਆਇਆ ਬੁਲਾਓ ਫਿਰ ਉਹਨਾਂ ਨੂੰ ਧੀ ਦਾ ਬਾਪ ਮੈਂ ਹੀ ਹਾਂ ਸਰ ਸਾਨੂੰ ਤਾਂ ਇਹ ਨਹੀਂ ਸਮਝ ਆਈ ਜਦੋਂ ਅਸੀਂ ਅੰਦਰ ਵੜੇ ਤੇ ਬਾਹਰ ਨਿਕਲੇ ਕਿ ਮੂਵੀ ਦੇ ਵਿੱਚ ਆਉਣ ਤੋਂ ਪਹਿਲਾਂ ਜਾਂ ਜਾਣ ਤੋਂ ਪਤਾ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅਸੀਂ ਇੱਕ ਅਜੀਬ ਜੀ ਚੀਜ਼ ਦੇਖ ਰਹੇ ਹਾਂ ਔਰ ਹਸਮੁੱਖ ਸੱਭਿਆਚਾਰਕ ਆਪਾਂ ਸਾਡਾ ਜਿਹੜਾ ਸੱਭਿਆਚਾਰ ਸਾਡੀ ਜਿਹੜੀ ਉਮਰ ਲੰਘੀ ਹੈ ਉਹਦੀਆਂ ਯਾਦਾਂ ਤਾਜ਼ਾ ਕਰਨ ਵਾਸਤੇ ਇਹ ਮੂਵੀ ਸਾਨੂੰ ਬਹੁਤ ਪਸੰਦ ਆਈ ਹੈ ਸਰ ਕਿੱਦਾਂ ਦੀ ਲੱਗੀ ਮੂਵੀ ਬਹੁਤ ਵਧੀਆ ਜੀ ਗੱਲ ਕੀਤੀ ਜਾਵੇ ਗਿੱਪੀ ਗਰੇਵਾਲ ਦੀ ਬਿਨੂ ਢਿੱਲੋਂ ਦੀ ਜਸਵਿੰਦਰ ਭੱਲਾ ਦੀ ਕਿੱਦਾਂ ਦੀ ਲੱਗੀ ਬਹੁਤ ਵਧੀਆ ਜੀ ਸਭ ਤੋਂ ਬਿਹਤਰੀਨ ਐਕਟਿੰਗ ਕਿਹਦੀ ਲੱਗੀ ਭਾਈ ਜੀ ਗਿੱਪੀ ਗਰੇਵਾਲ ਬਿਨੂ ਢਿੱਲੋਂ ਸਭ ਤੋਂ ਬਿਹਤਰੀਨ ਐਕਟਿੰਗ ਲੱਗੀ ਅਗਰ ਗੱਲ ਕੀਤੀ ਜਾਵੇ ਕੈਰੀ ਔਨ ਜੱਟਾ 2 ਦੀ ਤੇ ਇਹਦੇ ਵਿੱਚ ਜਿਹੜਾ ਹੈਗਾ ਆ ਤੁਹਾਡਾ ਮਨਪਸੰਦ ਕੈਰੈਕਟਰ ਕਿਹੜਾ ਸਰ ਸਾਰੇ ਹੀ ਅੱਛੇ ਨੇ ਜੀ ਆਪਣੀ ਆਪਣੀ ਜਗ੍ਹਾ ਤੇ ਹਰ ਬੰਦੇ ਨੇ ਅੱਛਾ ਕੰਮ ਕੀਤਾ ਫਿਰ ਫੈਮਿਲੀ ਫਿਲਮ ਹੈ ਬੱਚਿਆਂ ਨਾਲ ਆਣ ਕੇ ਜ਼ਰੂਰ ਦੇਖੋ ਫਿਲਮ ਸਰ ਦਾ ਇਹੀ ਕਹਿਣਾ ਜੀ ਇਹ ਫੈਮਿਲੀ ਫਿਲਮ ਹੈ ਤੇ ਬੱਚਿਆਂ ਨਾਲ ਆ ਕੇ ਇੱਕ ਵਾਰ ਜ਼ਰੂਰ ਇਸ ਫਿਲਮ ਨੂੰ ਦੇਖੋ ਸਰ ਅਗਰ ਗੱਲ ਕੀਤੀ ਜਾਵੇ ਇਸ ਫਿਲਮ ਦੇ ਗੀਤਾਂ ਦੀ ਤੇ ਗੀਤ ਕਿੱਦਾਂ ਦੇ ਲੱਗੇ ਤੁਹਾਨੂੰ ਗੀਤ ਵੀ ਅੱਛੇ ਹੈ ਜੀ ਜੋ ਅੱਜ ਕੱਲ੍ਹ ਦੇ ਬੱਚੇ ਮੰਗਦੇ ਉਹ ਸਭ ਕੁਝ ਹੈਗਾ ਜੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਹੈਗੀ ਹੈ ਬਾਲੀਵੁੱਡ ਇੰਡਸਟਰੀ ਆ ਬਾਲੀਵੁੱਡ ਤੋਂ ਪਿਛੜੀ ਹੋਈ ਸੀ ਉਹ ਇੱਕਦਮ ਆ ਕੇ ਬਾਲੀਵੁੱਡ ਦੇ ਸਟੈਂਡ ਤੇ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਟੈਂਡ ਹੋ ਗਈ ਹੈ ਇਹ ਜਿਹੜੀ ਪੰਜਾਬੀ ਫਿਲਮ ਅੱਜ ਕੱਲ੍ਹ ਬਣ ਰਹੀ ਹੈ ਜੀ ਉਹ ਬਾਲੀਵੁੱਡ ਤੋਂ ਘੱਟ ਨਹੀਂ ਹੈਗੀ ਜੀ ਹਰ ਚੀਜ਼ ਜਿਹੜੀ ਚੀਜ਼ ਬੱਚੇ ਅੱਜ ਕੱਲ੍ਹ ਮੰਗਦੇ ਉਹ ਪੰਜਾਬੀ ਫਿਲਮ 'ਚ ਮਿਲੇਗੀ ਤੁਹਾਨੂੰ ਜੀ ਸਰ ਅਗਰ ਰੇਟਿੰਗ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਜਿਹੜਾ ਹੈਗਾ ਜੀ 5 ਚੋਂ ਕਿੰਨੇ ਸਟਾਰ ਦੇ ਰਹੇ ਹੋ ਜੀ 5 ਚੋਂ 5 ਜੀ 5 ਜੀ ਪਹਿਲਾਂ ਜੀ ਮੈਂ ਇਹੀ ਕਹਾਂਗਾ ਜੀ ਹਾਸੇ ਨਾਲ ਭਰਪੂਰ ਫਿਲਮ ਹੈ ਫੈਮਿਲੀ ਮੂਵੀ ਆ ਬਹੁਤ ਵਧੀਆ ਮੂਵੀ ਬਣਾਈ ਗਈ ਪਾਰਟ 1 ਵੀ ਵਧੀਆ ਸੀ ਬਟ ਉਹਦੇ ਨਾਲ ਕਿਤੇ ਵੱਧ ਚੜ ਕੇ ਪਾਰਟ 2 ਦੀ ਜਿਹੜੀ ਇਹਨਾਂ ਨੇ ਪੂਰੀ ਜਿਹੜੀ ਸਟੋਰੀ ਹੈ ਬਹੁਤ ਵਧੀਆ ਤਰੀਕੇ ਨਾਲ ਲਿਖੀ ਗਈ ਹੈ ਬਹੁਤ ਵਧੀਆ ਐਕਟ ਕੀਤਾ ਗਿਆ ਸਾਰੇ ਐਕਟਰਸ ਵੱਲੋਂ ਬਹੁਤ ਵਧੀਆ ਮੂਵੀ ਬਣਾਈ ਗਈ ਹੈ ਕਿਹੜਾ ਪੰਚ ਕਮੇਡੀ ਦਾ ਜਿਹੜਾ ਆ ਹੱਸ ਹੱਸ ਕੇ ਦੋਹਰਾ ਕਰ ਦਿੰਦਾ
ਉਹਨਾਂ ਦਾ ਜਿਹੜਾ ਟੰਗਾ ਵਾਲਾ ਸੀਨ ਆ ਉਹ ਹੱਸ ਹੱਸ ਕੇ ਦੂਰਾ ਕਰਤਾ ਜੀ। ਆਹ ਗੱਲ ਕਰ ਰਹੇ ਜੀ ਉਹ ਟੰਗਾ ਵਾਲੇ ਸੀਨ ਦੀ ਵਿੱਚ, ਜਿਸ ਦੇ ਵਿੱਚ ਜਿਹੜਾ ਬੀਨੂ ਢਿੱਲੂ ਜਿਹੜਾ ਆ ਜਾਣ ਬੁੱਝ ਕੇ ਬਿਮਾਰ ਹੁੰਦਾ ਤੇ ਇੱਕ ਦੇਸੀ ਹਕੀਮ ਤੋਂ ਉਹਦਾ ਇਲਾਜ ਕਰਾਇਆ ਜਾਂਦਾ ਆ। ਦੇਸੀ ਹਕੀਮ ਜਿਹੜਾ ਆ ਡੰਡਿਆਂ ਦੇ ਨਾਲ ਇਲਾਜ ਕਰਦਾ ਤੇ ਬਹੁਤ ਇੰਟਰਸਟਿੰਗ ਤੇ ਕਮੇਡੀ ਵਾਲਾ ਸੀਨ ਹੈ। ਹਾਂਜੀ ਭਾਜੀ, ਅਗਰ ਰੇਟਿੰਗ ਦੀ ਗੱਲ ਕੀਤੀ ਜਾਵੇ ਤਾਂ ਪੰਜਾਂ 'ਚ ਕਿੰਨੇ ਸਟਾਰ ਦੋਗੇ? ਪੰਜਾਂ ਦੇ ਵਿੱਚੋਂ ਤਾਂ 5 ਸਟਾਰ ਬੀਨੂ ਢਿੱਲੋਂ ਨੂੰ ਹੀ ਜਾਂਦੇ ਨੇ। ਪੰਜਾਂ 'ਚੋਂ 5 ਸਟਾਰ? ਹਾਂਜੀ, ਤੁਸੀਂ ਕਿੰਨੇ ਸਟਾਰ ਦੋਗੇ? 5। ਸਭ ਤੋਂ ਵਧੀਆ ਰੋਲ ਕੀਦਾ? ਬੀਨੂ ਢਿੱਲੋਂ। ਬੀਨੂ ਢਿੱਲੋਂ ਦਾ, ਬੀਨੂ ਢਿੱਲੋਂ ਕੁਝ ਕਹਿਣਾ ਚਾਹੋਗੇ? ਬਹੁਤ ਅੱਛੀ ਐਕਟਿੰਗ ਹੈ। ਬਹੁਤ ਅੱਛੀ ਐਕਟਿੰਗ ਹੈ ਜੀ ਬੀਨੂ ਢਿੱਲੋਂ ਦੀ। ਸੋ ਦੋਸਤੋ, ਆਮ ਤੌਰ ਤੇ ਦੇਖਿਆ ਜਾਂਦਾ ਕਿ ਫਿਲਮਾਂ ਜਿਹੜੀਆਂ ਆ ਫਸਟ ਸ਼ੋਅ ਜਿਹੜਾ ਹਾਊਸਫੁੱਲ ਬਹੁਤ ਘੱਟ ਪੰਜਾਬ 'ਚ, ਪਰ ਇਹ ਅਜਿਹੀ ਪਿਕਚਰ ਹੈ ਕਿ ਜਿਹੜੀ ਵੀਰੇ ਦੀ ਵੈਡਿੰਗ ਨੂੰ ਕੱਟਦੀ ਹੋਈ ਸੁਪਰ ਡੁਪਰ ਹਿੱਟ ਜਾ ਰਹੀ ਹੈ ਪੰਜਾਬ ਦੇ ਵਿੱਚ। ਸੋ ਦੋਸਤੋ, ਦੇਖਣਾ ਨਾ ਭੁੱਲਾਂ ਸੈਲਬ੍ਰਿਟੀ ਬੋਨ ਤੇ ਫੋਕਸ ਪੰਜਾਬੀ।